ਗੱਲਬਾਤ ਕਹਿੰਦੇ ਤੁਹਾਡੀ ਹੋ ਗਈ, ਗੱਲਬਾਤ ਸਿਰੇ ਵੀ ਲੱਗ ਗਈ। ਕਿਹੜੀਆਂ ਆਖਿਰ ਮੁੱਖ ਮੰਗਾਂ ਸੀ ਜਿਨ੍ਹਾਂ ਨੂੰ ਲੈ ਕੇ ਇਹ ਆਫੀਸਰ ਜਿਹੜੇ ਨੇ ਹੜਤਾਲ ਦੀ ਗੱਲ ਕਰ ਰਹੇ ਸੀ, ਔਰ ਹੁਣ ਜੇ ਸਹਿਮਤੀ ਬਣੀ ਹੈ ਤਾਂ ਸਹਿਮਤੀ ਤੋਂ ਬਾਅਦ ਹੁਣ ਇਹ ਸਪਸ਼ਟ ਹੋ ਗਿਆ ਕਿ ਭਾਈ ਹੜਤਾਲ ਨਹੀਂ ਹੋਏਗੀ? ਬਹੁਤ ਹੀ ਮਾਣਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਦੀ ਲੀਡਰਸ਼ਿਪ ਦੇ ਵਿੱਚ ਆਲਰੇਡੀ ਸਾਨੂੰ ਇਸ ਸਟ੍ਰਾਈਕ ਦਾ ਵੀ ਦਿਸ਼ਾ ਨਿਰਦੇਸ਼ ਸੀਗਾ ਵੀ ਨਹੀਂ ਹੋਣ ਦਿੱਤੀ ਜਾਵੇ, ਔਰ ਉਹਦੇ ਨਾਲ ਨਾਲ ਇਹਨਾਂ ਦੀਆਂ ਮੰਗਾਂ ਦੇ ਉੱਤੇ, ਕਿਉਂਕਿ ਆਲਰੇਡੀ ਅਸੀਂ ਇੱਕ ਮਹੀਨਾ ਪਹਿਲਾਂ ਬੈਠੇ ਸੀਗੇ, ਔਰ ਕਿਉਂਕਿ ਦਫ਼ਤਰੀ ਕਾਰਵਾਈ ਦੇ ਵਿੱਚ ਕਈ ਵਾਰੀ ਲੇਟ ਹੋ ਜਾਂਦਾ, ਮੰਗਾਂ ਦੇ ਉੱਤੇ ਸਹਿਮਤੀ ਤਾਂ ਬਹੁਤ ਪਹਿਲਾਂ ਬਣ ਗਈ ਸੀ, ਬਟ ਇੱਕ ਗੱਲ ਕਲੀਅਰ ਸੀ, ਅਸੀਂ ਇੱਕ ਗੱਲ ਦਾ ਇਹਨਾਂ ਦਾ ਸੀਗਾ ਵੀ ਅਸੀਂ ਕੋਈ ਇੱਦਾਂ ਦਾ ਆਫੀਸਰ ਜਿਹਦਾ ਕੰਡਕਟ ਅੱਛਾ ਨਹੀਂ ਹੈ ਉਹਨੂੰ ਨਹੀਂ ਅਸੀਂ ਮੰਨਾਂਗੇ। ਹੋਰ ਤੁਹਾਡੀਆਂ ਜਿਹੜੀਆਂ ਜ਼ਰੂਰਤਾਂ ਹੈਗੀਆਂ, ਜਾਂ ਕੋਈ ਸਿਕਿਉਰਿਟੀ ਦਾ ਮੈਟਰ ਸੀਗਾ, ਕੋਈ ਜੀਪਾਂ ਦਾ ਮੈਟਰ ਸੀਗਾ, ਕਿਸੇ ਉਹਨਾਂ ਨੂੰ ਸੀਗਾ ਵੀ ਸਾਡੇ ਆਫੀਸਰ ਚਾਰ ਸ਼ੀਟ ਹੋਏ ਆ ਪਰ ਉਹ ਗਲਤ ਹੋ ਗਏ ਕਿਸੇ ਤਰ੍ਹਾਂ ਨਾਲ, ਉਹ ਸਾਰੀਆਂ ਡਿਮਾਂਡਸ ਦੇ ਉੱਤੇ ਅਸੀਂ ਪਹਿਲਾਂ ਇਹਨਾਂ ਨਾਲ ਗੱਲ ਕਰ ਚੁੱਕੇ ਸੀ, ਔਰ ਅੱਜ ਵੀ ਬਹਿ ਕੇ ਬੜੇ ਸ਼ਹਿਲ ਦੀ ਮਾਹੌਲ ਦੇ ਵਿੱਚ ਗੱਲ ਹੋਈ ਹੈ, ਔਰ ਉਹਨਾਂ ਨੇ ਜਿਹੜੀ ਸਟ੍ਰਾਈਕ ਹੈ ਉਹਨੂੰ ਵਾਪਸ ਲੈ ਲਿਆ। ਤਾਂ ਤੁਸੀਂ ਇੱਕ ਚੀਜ਼ ਸਪਸ਼ਟ ਕਰ ਦਿੱਤੀ ਕਿ ਕਿਸੇ ਵੀ ਦਾਗੀ ਅਫਸਰ ਨੂੰ ਨਹੀਂ ਬਖਸ਼ਿਆ ਜਾਵੇਗਾ, ਚਾਹੇ ਹੜਤਾਲ ਹੋਵੇ ਚਾਹੇ ਕੁਝ ਵੀ ਹੋਵੇ, ਹਾਂ ਜਾਇਜ਼ ਮੰਗਾਂ ਮੰਨੀਆਂ ਜਾਣਗੀਆਂ। ਬਿਲਕੁਲ, ਸੀਐਮ ਸਾਹਿਬ ਦਾ ਸਖ਼ਤ ਨਿਰਦੇਸ਼ ਹੈ ਕਿ ਕਿਸੇ ਅਫਸਰ ਦੇ ਜਿਹੜਾ ਗਲਤੀ, ਦੋ ਤਰ੍ਹਾਂ ਦੀ ਹੋ ਸਕਦੀ, ਇੱਕ ਤਾਂ ਜਾਣ ਬੁੱਝ ਕੇ ਕੀਤੀ ਜਾਂਦੀ ਹੈ, ਇੱਕ ਕਿਤੇ ਗਲਤੀ ਨਾ ਹੋ ਗਈ ਉਹਦੇ 'ਤੇ ਵਿਚਾਰ ਕੀਤਾ ਜਾ ਸਕਦਾ। ਸਿਰਫ ਉਹਦੇ ਗੱਲ ਦੇ ਉੱਤੇ ਅਸੀਂ ਸਟੈਂਡ ਜਿਹੜਾ ਸੀਗਾ ਆਪਣਾ ਕਲੀਅਰ ਕਰਤਾ, ਸਰਕਾਰ ਦਾ ਮੁੱਖ ਮੰਤਰੀ ਦਾ ਸਟੈਂਡ ਹੈ ਇਹ, ਸੋ ਉਹਨੂੰ ਕਲੀਅਰ ਕਰਤਾ, ਔਰ ਉਹਨਾਂ ਨੇ ਵੀ ਇਸ ਗੱਲ ਨੂੰ ਮੰਨਿਆ ਵੀ ਕਈ ਵਾਰੀ ਦਫ਼ਤਰੀ ਕਾਰਵਾਈ 'ਚ ਲੇਟ ਆ, ਜਿੱਦਾਂ ਹੁਣ ਸਿਕਿਉਰਿਟੀ ਦਾ ਮੈਟਰ ਹੈ, ਅਸੀਂ ਡੀ ਜੀ ਪੀ ਸਾਹਿਬ ਨੂੰ ਜਿਹੜਾ ਆਲਰੇਡੀ ਸਾਡਾ ਡਿਪਾਰਟਮੈਂਟ ਰੈਵਨਿਊ ਡਿਪਾਰਟਮੈਂਟ ਦੇ FTR ਸਾਹਿਬ ਲਿਖ ਕੇ ਦੇ ਚੁੱਕੇ ਆ, ਭੇਜ ਚੁੱਕੇ ਆ, ਉਹ ਪ੍ਰਬੰਧ ਹੋ ਜਾਏਗਾ। ਇਹਨਾਂ ਦੀ ਗੱਡੀਆਂ ਦੀ ਡਿਮਾਂਡ ਸੀ, ਉੱਤੇ ਵਿਚਾਰ ਕੀਤਾ ਸੀ, ਗੱਡੀਆਂ ਸਿਰਫ ਇੱਕ ਡਿਪਾਰਟਮੈਂਟ ਨੂੰ, ਬਹੁਤ ਸਾਰੇ ਡਿਪਾਰਟਮੈਂਟਾਂ ਨੂੰ ਦੇਣੀਆਂ ਪੈਗੀਆਂ, ਉਹ 'ਤੇ ਅਸੀਂ ਕਿਹਾ ਤੁਹਾਡੇ ਨਾਲ ਆ, ਅਗਰ ਤੁਹਾਨੂੰ ਕੋਈ ਉਹਦਾ ਗੱਡੀਆਂ ਦਾ ਜਿਹੜਾ ਖਰਚਾ ਸੀ ਆਲਰੇਡੀ ਦੇ ਰਿਹਾ ਸੀ ਜਿਹੜਾ ਹੈਗਾ, ਉਹ ਛੋਟੀ ਛੋਟੀਆਂ ਗੱਲਾਂ ਸੀਗੀਆਂ, ਉਹ ਸਾਰੇ ਸਟੈਂਡ ਕਲੀਅਰ ਹੋ ਗਏ, ਔਰ ਇਕੱਲੀ ਇਕੱਲੀ ਮੰਗ ਦੇ ਉੱਤੇ, ਇਕੱਲੀ ਇਕੱਲੀ ਗੱਲ ਦੇ ਉੱਤੇ ਬਹਿ ਕੇ ਗੱਲ ਹੋਈ ਹੈ। ਤਾਂ ਪੰਜਾਬ ਦੇ ਲੋਕਾਂ ਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ, ਪਰ ਨਾਲ ਹੀ ਤੁਸੀਂ ਅਫਸਰਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ? ਨਹੀਂ ਬਿਲਕੁਲ, ਮੈਂ ਅਫਸਰਾਂ ਨੂੰ ਇਹ ਆ ਵੀ ਜਦੋਂ ਕੋਈ ਕਰਨਾ, ਕੋਈ ਸਟ੍ਰਾਈਕ ਕਰਨ ਦੀ ਬਜਾਏ ਸਾਡੇ ਨਾਲ ਆ ਕੇ ਗੱਲ ਕਰਨ, ਅਗਰ ਕੋਈ ਕਮਿਊਨੀਕੇਸ਼ਨ ਗੈਪ ਰਹਿ ਜਾਂਦਾ ਤਾਂ ਉਹਨੂੰ ਡਿਪਾਰਟਮੈਂਟ ਦੇ ਆਫੀਸਰ ਸਾਹਿਬਾਨ, ਔਰ ਜਦ ਮਿਨਿਸਟਰ ਬੈਠੇ ਆ, ਮਾਨਯੋਗ ਮੁੱਖ ਮੰਤਰੀ ਨੇ ਸੇਵਾ ਦਿੱਤੀ ਹੈ ਮੈਂ ਕਹਿ ਸਕਦਾ, ਤਾਂ ਸਾਡੇ ਨਾਲ ਆ ਕੇ ਗੱਲ ਕਰ ਸਕਦੇ। ਤਾਂ ਪੰਜਾਬ ਦੇ ਮਾਲ ਵਿਭਾਗ ਦੇ ਅਫਸਰ ਹੁਣ ਹੜਤਾਲ 'ਤੇ ਨਹੀਂ ਜਾਣਗੇ, ਸਰਕਾਰ ਦੇ ਨਾਲ ਸਹਿਮਤੀ ਬਣ ਗਈ ਹੈ, ਪਰ ਨਾਲ ਹੀ ਇੱਕ ਸੁਨੇਹਾ ਬੜਾ ਸਪਸ਼ਟ ਦੇ ਰਹੇ ਨੇ ਕਿ ਦਾਗੀ ਅਫਸਰ ਦੇ ਮਾਮਲੇ 'ਚ ਕੋਈ ਸਮਝੌਤਾ ਨਹੀਂ, ਦਾਗੀ ਅਫਸਰ ਬਖਸ਼ੇ ਨਹੀਂ ਜਾਣਗੇ, ਹਾਂ ਜਾਇਜ਼ ਮੰਗਾਂ 'ਤੇ ਵਿਚਾਰ ਹੋ ਸਕਦਾ। ਤਾਂ ਫਿਲਹਾਲ ਕਹਿੰਦੇ ਨੇ ਕਿ ਜਿਹੜੀ ਕੱਲ੍ਹ ਤੋਂ ਹੜਤਾਲ ਹੋਣੀ ਸੀ ਉਹ ਨਹੀਂ ਹੋਵੇਗੀ। ਗੱਲਬਾਤ ਕਹਿੰਦੇ ਤੁਹਾਡੀ ਹੋ ਗਈ, ਗੱਲਬਾਤ ਸਿਰੇ ਵੀ ਲੱਗ ਗਈ। ਕਿਹੜੀਆਂ ਆਖਿਰ ਮੁੱਖ ਮੰਗਾਂ ਸੀ ਜਿਨ੍ਹਾਂ ਨੂੰ ਲੈ ਕੇ ਇਹ ਆਫੀਸਰ ਜਿਹੜੇ ਨੇ ਹੜਤਾਲ ਦੀ ਗੱਲ ਕਰ ਰਹੇ ਸੀ, ਔਰ ਹੁਣ ਜੇ ਸਹਿਮਤੀ ਬਣੀ ਹੈ ਤਾਂ ਸਹਿਮਤੀ ਤੋਂ ਬਾਅਦ ਹੁਣ ਇਹ ਸਪਸ਼ਟ ਹੋ ਗਿਆ ਕਿ ਭਾਈ ਹੜਤਾਲ ਨਹੀਂ ਹੋਏਗੀ? ਬਹੁਤ ਹੀ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਦੀ ਲੀਡਰਸ਼ਿਪ ਦੇ ਵਿੱਚ ਆਲਰੇਡੀ ਸਾਨੂੰ ਇਸ ਸਟ੍ਰਾਈਕ ਦਾ ਵੀ ਦਿਸ਼ਾ ਨਿਰਦੇਸ਼ ਸੀਗਾ ਵੀ ਨਹੀਂ ਹੋਣ ਦਿੱਤੀ ਜਾਵੇ, ਔਰ ਉਹਦੇ ਨਾਲ ਨਾਲ ਇਹਨਾਂ ਦੀਆਂ ਮੰਗਾਂ ਦੇ ਉੱਤੇ, ਕਿਉਂਕਿ ਆਲਰੇਡੀ ਅਸੀਂ ਇੱਕ ਮਹੀਨਾ ਪਹਿਲਾਂ ਬੈਠੇ ਸੀਗੇ, ਔਰ ਕਿਉਂਕਿ ਦਫ਼ਤਰੀ ਕਾਰਵਾਈ ਦੇ ਵਿੱਚ ਕਈ ਵਾਰੀ ਲੇਟ ਹੋ ਜਾਂਦਾ, ਮੰਗਾਂ ਦੇ ਉੱਤੇ ਸਹਿਮਤੀ ਤਾਂ ਬਹੁਤ ਪਹਿਲਾਂ ਬਣ ਗਈ ਸੀ, ਬਟ ਇੱਕ ਗੱਲ ਕਲੀਅਰ ਸੀ, ਅਸੀਂ ਇੱਕ ਗੱਲ ਦਾ ਇਹਨਾਂ ਦਾ ਸੀਗਾ ਵੀ ਅਸੀਂ ਕੋਈ ਇੱਦਾਂ ਦਾ ਆਫੀਸਰ ਜਿਹਦਾ ਕੰਡਕਟ ਅੱਛਾ ਨਹੀਂ ਹੈ ਉਹਨੂੰ ਨਹੀਂ ਅਸੀਂ ਮੰਨਾਂਗੇ। ਹੋਰ ਤੁਹਾਡੀਆਂ ਜਿਹੜੀਆਂ ਜ਼ਰੂਰਤਾਂ ਹੈਗੀਆਂ, ਜਾਂ ਕੋਈ ਸਿਕਿਉਰਿਟੀ ਦਾ ਮੈਟਰ ਸੀਗਾ, ਕੋਈ ਜੀਪਾਂ ਦਾ ਮੈਟਰ ਸੀਗਾ, ਕਿਸੇ ਉਹਨਾਂ ਨੂੰ ਸੀਗਾ ਵੀ ਸਾਡੇ ਆਫੀਸਰ ਚਾਰ ਸ਼ੀਟ ਹੋਏ ਆ ਪਰ ਉਹ ਗਲਤ ਹੋ ਗਏ ਕਿਸੇ ਤਰ੍ਹਾਂ ਨਾਲ, ਉਹ ਸਾਰੀਆਂ ਡਿਮਾਂਡਸ ਦੇ ਉੱਤੇ ਅਸੀਂ ਪਹਿਲਾਂ ਇਹਨਾਂ ਨਾਲ ਗੱਲ ਕਰ ਚੁੱਕੇ ਸੀ, ਔਰ ਅੱਜ ਵੀ ਬਹਿ ਕੇ ਬੜੇ ਸ਼ਹਿਲ ਦੀ ਮਾਹੌਲ ਦੇ ਵਿੱਚ ਗੱਲ ਹੋਈ ਹੈ,
ਔਰ ਉਹਨਾਂ ਦੀ ਜਿਹੜੀ ਸਟ੍ਰਾਈਕ ਹੈ ਉਹਨੂੰ ਵਾਪਸ ਲੈ ਲਿਆ। ਤੇ ਤੁਸੀਂ ਇੱਕ ਚੀਜ਼ ਸਪਸ਼ਟ ਕਰ ਦਿੱਤੀ ਕਿ ਕਿਸੇ ਵੀ ਦਾਗੀ ਅਫਸਰ ਨੂੰ ਨਹੀਂ ਬਖਸ਼ਿਆ ਜਾਵੇਗਾ, ਚਾਹੇ ਹੜਤਾਲ ਹੋਵੇ ਚਾਹੇ ਕੁਝ ਵੀ ਹੋਵੇ, ਹਾਂ ਜਾਇਜ਼ ਮੰਗਾਂ ਮੰਨੀਆਂ ਜਾਣਗੀਆਂ। ਬਿਲਕੁਲ, ਸੀਐਮ ਸਾਹਿਬ ਦਾ ਸਖ਼ਤ ਨਿਰਦੇਸ਼ ਹੈ ਕਿ ਕਿਸੇ ਅਫਸਰ ਦੇ ਜਿਹੜਾ ਗਲਤੀ, ਦੋ ਤਰ੍ਹਾਂ ਦੀ ਹੋ ਸਕਦੀ, ਇੱਕ ਤਾਂ ਜਾਣ ਬੁੱਝ ਕੇ ਕੀਤੀ ਜਾਂਦੀ ਹੈ, ਇੱਕ ਕਿਤੇ ਗਲਤੀ ਨਾ ਹੋ ਗਈ ਉਹਦੇ ਤੇ ਵਿਚਾਰ ਕੀਤਾ ਜਾ ਸਕਦਾ। ਸਿਰਫ ਉਹਦੇ ਗੱਲ ਦੇ ਉੱਤੇ ਅਸੀਂ ਸਟੈਂਡ ਜਿਹੜਾ ਸੀਗਾ ਆਪਣਾ ਕਲੀਅਰ ਕਰਤਾ, ਸਰਕਾਰ ਦਾ, ਮੁੱਖ ਮੰਤਰੀ ਦਾ ਸਟੈਂਡ ਹੈ ਇਹ। ਸੋ ਉਹਨੂੰ ਕਲੀਅਰ ਕਰਤਾ ਔਰ ਉਹਨਾਂ ਨੇ ਵੀ ਇਸ ਗੱਲ ਨੂੰ ਮੰਨਿਆ ਵੀ ਕਈ ਵਾਰੀ ਦਫ਼ਤਰੀ ਕਾਰਵਾਈ 'ਚ ਲੇਟ ਆ, ਜਿੱਦਾਂ ਹੁਣ ਸਿਕਿਉਰਿਟੀ ਦਾ ਮੈਟਰ ਹੈ, ਅਸੀਂ ਡੀ ਜੀ ਪੀ ਸਾਹਿਬ ਨੂੰ ਜਿਹੜਾ ਆਲਰੇਡੀ ਸਾਡਾ ਡਿਪਾਰਟਮੈਂਟ ਰੈਵਨਿਊ ਡਿਪਾਰਟਮੈਂਟ ਦੇ FTR ਸਾਹਿਬ ਲਿਖ ਕੇ ਦੇ ਚੁੱਕੇ ਆ, ਭੇਜ ਚੁੱਕੇ ਆ, ਉਹ ਪ੍ਰਬੰਧ ਹੋ ਜਾਏਗਾ। ਇਹਨਾਂ ਦੀ ਗੱਡੀਆਂ ਦੀ ਡਿਮਾਂਡ ਸੀ, ਉੱਤੇ ਵਿਚਾਰ ਕੀਤਾ ਸੀ, ਗੱਡੀਆਂ ਸਿਰਫ ਇੱਕ ਡਿਪਾਰਟਮੈਂਟ ਨੂੰ, ਬਹੁਤ ਸਾਰੇ ਡਿਪਾਰਟਮੈਂਟਾਂ ਨੂੰ ਦੇਣੀਆਂ ਪੈ ਗਈਆਂ। ਉਹ 'ਤੇ ਅਸੀਂ ਕਹੇ ਤੁਹਾਡੇ ਨਾਲ, ਅਗਰ ਤੁਹਾਨੂੰ ਕੋਈ ਉਹਦਾ ਗੱਡੀਆਂ ਦਾ ਜਿਹੜਾ ਖਰਚਾ ਸੀ ਆਲਰੇਡੀ ਦੇ ਰਹੇ ਸੀ ਜਿਹੜਾ ਹੈਗਾ, ਉਹ ਛੋਟੀ ਛੋਟੀਆਂ ਗੱਲਾਂ ਸੀਗੀਆਂ, ਉਹ ਸਾਰੇ ਸਟੈਂਡ ਕਲੀਅਰ ਹੋ ਗਿਆ ਔਰ ਇਕੱਲੀ ਇਕੱਲੀ ਮੰਗ ਦੇ ਉੱਤੇ, ਇਕੱਲੀ ਇਕੱਲੀ ਗੱਲ ਦੇ ਉੱਤੇ ਬਹਿ ਕੇ ਗੱਲ ਹੋਈ ਹੈ। ਤਾਂ ਪੰਜਾਬ ਦੇ ਲੋਕਾਂ ਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ, ਪਰ ਨਾਲ ਹੀ ਤੁਸੀਂ ਅਫਸਰਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ? ਨਹੀਂ ਬਿਲਕੁਲ, ਮੈਂ ਅਫਸਰਾਂ ਨੂੰ ਇਹ ਆ ਵੀ ਜਦੋਂ ਕੋਈ ਕਰਨਾ, ਕੋਈ ਸਟ੍ਰਾਈਕ ਕਰਨ ਦੀ ਬਜਾਏ ਸਾਡੇ ਨਾਲ ਆ ਕੇ ਗੱਲ ਕਰਨ, ਅਗਰ ਕੋਈ ਕਮਿਊਨੀਕੇਸ਼ਨ ਗੈਪ ਰਹਿ ਜਾਂਦਾ ਤਾਂ ਉਹਨੂੰ ਡਿਪਾਰਟਮੈਂਟ ਦੇ ਆਫਿਸਰ ਸਾਹਿਬਾਨ ਔਰ ਜਦ ਮਿਨਿਸਟਰ ਬੈਠੇ ਆ, ਮਾਨਯੋਗ ਮੁੱਖ ਮੰਤਰੀ ਨੇ ਸੇਵਾ ਦਿੱਤੀ ਹੈ ਮੈਂ ਕਹਿ ਸਕਦਾ, ਤਾਂ ਸਾਡੇ ਨਾਲ ਆ ਕੇ ਗੱਲ ਕਰ ਸਕਦੇ। ਤਾਂ ਪੰਜਾਬ ਦੇ ਮਾਲ ਵਿਭਾਗ ਦੇ ਅਫਸਰ ਹੁਣ ਹੜਤਾਲ 'ਤੇ ਨਹੀਂ ਜਾਣਗੇ, ਸਰਕਾਰ ਦੇ ਨਾਲ ਸਹਿਮਤੀ ਬਣ ਗਈ ਹੈ, ਪਰ ਨਾਲ ਹੀ ਇੱਕ ਸੁਨੇਹਾ ਬੜਾ ਸਪਸ਼ਟ ਦੇ ਰਹੇ ਨੇ ਕਿ ਦਾਗੀ ਅਫਸਰ ਦੇ ਮਾਮਲੇ 'ਚ ਕੋਈ ਸਮਝੌਤਾ ਨਹੀਂ, ਦਾਗੀ ਅਫਸਰ ਬਖਸ਼ੇ ਨਹੀਂ ਜਾਣਗੇ, ਹਾਂ ਜਾਇਜ਼ ਮੰਗਾਂ 'ਤੇ ਵਿਚਾਰ ਹੋ ਸਕਦਾ। ਤਾਂ ਫਿਲਹਾਲ ਕਹਿੰਦੇ ਨੇ ਕਿ ਜਿਹੜੀ ਕੱਲ੍ਹ ਤੋਂ ਹੜਤਾਲ ਹੋਣੀ ਸੀ ਉਹ ਨਹੀਂ ਹੋਵੇਗੀ।